ਅਸੀਂ ਜਿਸ ਜਗ੍ਹਾ ਤੇ ਖੜੇ ਹਾਂ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਹੁੰਦਾ ਸੀ ਜਿੱਥੇ ਸੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਏ ਹੋਏ ਨੇ। ਖੂਹੀ ਗੁਰੂ ਸਰ ਜਿਹੜਾ ਪੇਪਰਾਂ ਦੇ ਵਿੱਚ ਬੋਲਦਾ ਉੱਥੇ ਅੱਜ ਲੈਟਰਿੰਗਾਂ ਬਣਾਈਆਂ ਗਈਆਂ ਨੇ ਕਿ ਛੇਵੇਂ ਪਾਤਸ਼ਾਹ ਦਾ ਅਸਥਾਨ ਹੋਵੇ। ਔਰ ਇਹ ਇੱਟਾਂ ਪੁਰਾਣੀਆਂ ਇੱਟਾਂ ਨੇ, ਬਿਨਾਂ ਡੱਬੀ ਤੋਂ ਇੱਟਾਂ ਨੇ। ਗੁਰਦੁਆਰਾ ਸਾਹਿਬ ਹੁੰਦਾ ਸੀ ਚੌੜੀਆਂ ਚੌੜੀਆਂ ਕੰਧਾਂ ਜਿਹੜੀਆਂ ਨੇ, ਜਦੋਂ ਇਹਦੀ ਖੁਦਾਈ ਕੀਤੀ ਗਈ ਨੀਹਾਂ ਪੱਟੀਆਂ ਗਈਆਂ 2.5-3 ਫੁੱਟ ਤੱਕ ਅੱਜ ਵੀ ਨੀਹਾਂ ਮੌਜੂਦ ਨੇ। ਜਿੱਥੇ ਕਿਸੇ ਟਾਈਮ ਤੇ ਗੁਰੂ ਦਾ ਦਰਬਾਰ ਹੁੰਦਾ ਸੀ ਔਰ ਜਿੱਥੇ ਗੁਰੂ ਦੀ ਬੋਲੀ ਖੂਹੀ ਹੁੰਦੀ ਸੀ ਜਿਹਦੇ ਚੋਂ ਜਲ ਦਾ ਪ੍ਰਯੋਗ ਕੀਤਾ ਜਾਂਦਾ ਸੀ, ਉਹ ਹੁਣ ਖੂਹੀ ਬੰਦ ਕਰਕੇ ਇਤਿਹਾਸਕ ਖੂਹੀ ਉਹ ਹੀ ਬੰਦ ਕੀਤੀ ਪਈ ਹੈ। ਇੱਥੇ ਖੂਹੀ ਸੀਗੀ, ਹਲਟੀ ਅਸੀਂ ਗੇਟ ਤੇ ਰਹੇ ਹਾਂ ਜੀ, ਅਸੀਂ ਜਦੋਂ ਇੱਥੇ ਪੜ੍ਹਦੇ ਸੀ ਹਲਟੀ ਲੱਗੀ ਸੀ। ਗੁਰੂ ਗ੍ਰੰਥ ਸਾਹਿਬ ਲੈ ਕੇ ਉਹਨਾਂ ਨੇ ਜਾ ਕੇ ਲਵਾਰੀ ਚ ਰੱਖਤਾ ਜੀ। ਔਰ ਲੋਕ ਲੰਘਦੇ ਜਾਂਦੇ ਅਣਭੋਲੇ ਦੇ ਵਿੱਚ ਇੱਥੇ ਗੰਦਗੀ ਪਾ ਕੇ ਜਾਣ, ਖੜ ਕੇ ਪਿਸ਼ਾਬ ਕਰਕੇ ਜਾਣ, ਕਿਹੜੇ ਸਿੱਖ ਦੇ ਕੋਲੋਂ ਇਹ ਗੱਲ ਸਹੀ ਜਾਂਦੀ ਹੈ? 15 ਕਰਾਣਾ 6 ਮਰਲੇ ਜ਼ਮੀਨ ਹੈ ਗੁਰਦੁਆਰੇ ਦੇ ਨਾਲ, ਕੁਛ ਗੁਰੂ ਸਰ ਦੇ ਨਾਲ, ਕੁਛ ਗੁਰਦੁਆਰਾ ਆਨੰਦ ਸਾਹਿਬ। ਇਹ ਸਾਡੇ ਪਿੰਡ ਦੀ ਕੋਈ ਬਦਕਿਸਮਤੀ ਹੈ, ਅਣਗਹਿਲੀ ਜੀ ਕੰਮ ਹੋਏ ਜੋ ਹੋਏ, ਪਛਤਾਵਾ। ਜੇ ਸੰਗਤ ਦੇ ਸਹਿਯੋਗ ਨਾਲ ਇਹ ਉਸਾਰਿਆ ਜਾਵੇ ਤਾਂ ਬਹੁਤ ਚੰਗੀ ਗੱਲ। ਜਮਾਬੰਦੀ ਕਢਾਈ ਗੁਰਦੁਆਰਾ ਗੁਰੂ ਸਾਹਿਬ ਦੇ ਨਾਂ ਤੇ ਨਿਕਲੀ, ਮੱਥਾ ਟੇਕਿਆ ਜੀ। ਇੱਥੇ ਜਦੋਂ ਮਹਾਰਾਜ ਪ੍ਰਕਾਸ਼ ਸੀਗਾ, ਮੈਂ ਉਹਦੇ ਬਾਪੂ ਨਾਲ ਖੇਤ ਆਉਂਦਾ ਛੋਟਾ ਜਿਹਾ, ਹਾਂਜੀ, ਉਦੋਂ ਦਰਸ਼ਨ ਕੀਤੇ ਗੁਰੂ ਮਹਾਰਾਜ ਦੇ, ਅਸੀਂ ਇੱਥੇ ਮੱਥਾ ਟੇਕਿਆ। ਪੜ੍ਹਦੇ ਰਹੇ ਨਿੱਕੇ ਛੋਟੇ ਹੁੰਦੇ, ਬਹੁਤ ਸੋਹਣੇ ਦਾਲੇ ਬਦਾਲੇ ਥੜੇ ਬਣੇ ਸੀ, ਉੱਤੇ ਕਲਾਸਾਂ ਵੀ ਲੱਗਦੀਆਂ ਸੀ ਪਾਸੇ ਦੀ। ਠੀਕ ਹੈ ਜੀ, ਹਾਂਜੀ, ਖੂਹੀ ਦੇ ਉੱਤੇ ਤੇ ਇੱਥੇ ਖੇਡ ਸੀਗੀ। ਕੀ ਲੋਕ ਤਾਂ ਇੱਥੇ ਰੋਡ ਤੋਂ ਆ ਕੇ ਪਿਸ਼ਾਬ ਕਰਦੇ ਕਰਦੇ ਨੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਇਸ ਏਰੀਏ ਦੇ ਵਿੱਚ। ਇਹ ਗੱਲ ਨਹੀਂ ਸਹੀ ਗਈ, ਇਹ ਗੱਲ ਨਹੀਂ ਜਿਹੜੀ ਉਹ ਜਰੀ ਜਾਂਦੀ ਸੀ। ਔਰ ਪੂਰੀ ਵੀਡੀਓ ਜ਼ਰੂਰ ਹਰ ਇੱਕ ਸਿੱਖ ਤੱਕ, ਸੰਗਤ ਤੱਕ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਜਿੰਨੇ ਵੀ ਪਿੰਡ ਨਿਵਾਸੀ ਖੜੇ ਨੇ ਇਹਨਾਂ ਦੇ ਦਿਲ ਵਿੱਚ ਬੜਾ ਪਛਤਾਵਾ ਏ। ਬੜੇ ਐਸੇ ਅਸਥਾਨ ਨੇ ਜਿਹੜੇ ਗੁਰੂ ਸਾਹਿਬਾਂ ਦੇ ਅਣਭੋਲੇ ਵਿੱਚ ਖਤਮ ਹੋਏ ਸਾਡੇ ਕੋਲੋਂ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਦੇ ਕਹਿਣ ਮੁਤਾਬਕ ਪੁਰਾਤਨਤਾ ਉਹ ਪੁਰਾਣੀਆਂ ਨੀਹਾਂ ਸਾਂਭ ਕੇ ਰੱਖਣੀਆਂ, ਔਰ ਜਿੱਥੇ ਪਹਿਲਾਂ ਪ੍ਰਕਾਸ਼ ਹੁੰਦਾ ਸੀ ਪੁਰਾਤਨ ਸਮੇਂ ਵਿੱਚ, ਉਸੇ ਜਗ੍ਹਾ ਤੇ ਪ੍ਰਕਾਸ਼ ਕਰਾਉਣਾ। ਹੁਣ ਇਸੇ ਅਸਥਾਨ ਦੇ ਉੱਤੇ ਦੁਬਾਰਾ ਸੰਗਤ ਦੇ ਸਹਿਯੋਗ ਦੇ ਨਾਲ ਇਹ ਦੁਬਾਰਾ ਅਸਥਾਨ ਬਣ ਜਾ ਰਿਹਾ ਹੈ। ਵੱਧ ਤੋਂ ਵੱਧ ਸੇਵਾ, ਜਿਨ੍ਹਾਂ ਨੂੰ ਕੋਈ ਇੱਟਾਂ ਦੀ ਸੇਵਾ, ਬਜਰੀ ਦੀ, ਰੇਤੇ ਦੀ, ਜੋ ਵੀ ਕੋਈ ਸੇਵਾ ਲੈਣੀ ਚਾਹੁੰਦਾ, ਇਹਨਾਂ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਉਹ ਸੇਵਾ ਪਹੁੰਚਾਓ, ਤੇ ਬੜੀ ਜਲਦੀ ਕਾਰ ਸੇਵਾ ਇੱਥੇ ਆਰੰਭ ਹੋਣ ਜਾ ਰਹੀ ਹੈ। ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ, ਜੋ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਸੇਵਾ ਕਰਕੇ ਸਹਿਯੋਗ ਕਰਨਾ ਹੈ। 21 ਅਪ੍ਰੈਲ ਨੂੰ ਇਹ ਨੀਂਹ ਪੱਥਰ ਰੱਖੇ ਜਾਣੇ ਆ, ਸਾਰੇ ਇਲਾਕੇ ਦੀ ਸੰਗਤ ਸਾਂਝਾਂ ਦੀ, ਹੋਰ ਨੇੜੇ ਨੇੜੇ ਪਿੰਡਾਂ ਦੀ, ਜੋ ਸ਼ਰਧਾਲੂ ਆ ਉਹ ਸਾਰੇ ਇੱਥੇ ਪਹੁੰਚ ਕੇ ਉਸ ਦਿਨ ਆਪਾਂ ਨੀਂਹ ਪੱਥਰ ਦੇ ਵਿੱਚ ਰੌਣਕ ਨੂੰ ਵਧਾਈ। ਗੁਰਦੁਆਰਾ ਸਾਹਿਬ ਇਹਦਾ ਨੀਂਹ ਪੱਥਰ ਰੱਖਣਾ 21 ਤਰੀਕ ਨੂੰ, ਤੇ ਸਾਰੇ ਹੁਮਾ ਕੇ ਇੱਥੇ ਸੇਵਾ ਚ ਦਰਸ਼ਨ ਦਿਓ ਤੇ ਵੱਧ ਤੋਂ ਵੱਧ ਸਹਿਯੋਗ ਕਰੋ। ਤੋ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਕਾਰ ਸੇਵਾ ਸ਼ੁਰੂ ਹੋਣੀ ਹੈ, ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਹਿੱਸਾ ਲੈਣ। 21 ਅਪ੍ਰੈਲ 2024 ਨੂੰ ਨੀਂਹ ਪੱਥਰ ਰੱਖ ਕੇ ਕਾਰ ਸੇਵਾ ਆਰੰਭ ਹੋ ਜਾਣੀ ਹੈ ਜੀ। ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ। ਜਦੋਂ ਦਰਬਾਰ ਸਾਹਿਬ ਤੋਂ, ਅੰਮ੍ਰਿਤਸਰ ਤੋਂ ਭਾਈ ਕੀ ਡਰੋਲੀ ਆਉਂਦੇ ਨੇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੁੰਦਾ, ਉਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਆ ਕੇ ਪ੍ਰਚਾਰ ਕਰਦੇ ਨੇ, ਜਿਹਦੇ ਵਿੱਚ ਜਦੋਂ ਸੰਤ ਵਿਸਾਖਾ ਸਿੰਘ ਦਾ ਇਤਿਹਾਸ ਪੜ੍ਹਦੇ ਹਾਂ, ਮਾਲਵਾ ਇਤਿਹਾਸ ਨੂੰ ਖੋਜਦਿਆਂ ਹੋਇਆ ਮਾਲਵਾ ਇਤਿਹਾਸ ਵਿੱਚ ਜ਼ਿਕਰ ਕੀਤਾ ਹੋਇਆ ਕਿ ਮੋਗੇ ਦੇ ਵਿੱਚ ਇਸ ਜਗ੍ਹਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸਥਾਨ ਹੁੰਦਾ ਸੀ, ਔਰ ਉਦੋਂ ਉਦਾਸੀ ਸੰਪਰਦਾ ਦੇ ਕੋਲ ਅਸਥਾਨ ਹੁੰਦੇ ਸੀ, ਜੋ ਸਾਡੇ ਕੋਲੋਂ ਨਹੀਂ ਸੰਭਾਲੇ ਗਏ, ਲੇਕਿਨ ਬਜ਼ੁਰਗਾਂ ਦੀ ਯਾਦ ਵਿੱਚ ਉਹ ਅਸਥਾਨ
ਹਲੇ ਵੀ ਮੌਜੂਦ ਸੀ। ਇੱਕ ਦਿਲ ਵਿੱਚ ਹੁੰਦਾ ਸੀ ਕਿ ਇਹ ਅਸਥਾਨ ਮੁੜ ਕਦੋਂ ਬਣੇ, ਪਰ ਮੋਢੀ ਕੋਈ ਨਹੀਂ ਸੀ ਅੱਗੇ ਆ ਰਿਹਾ। ਫਿਰ ਮਹਾਰਾਜ ਨੇ ਆਪ ਕਿਰਪਾ ਕੀਤੀ, ਜਦੋਂ ਇਸ ਅਸਥਾਨ ਦੀ ਦੁਬਾਰਾ ਪਿੰਡ ਵੱਲੋਂ ਮੰਗ ਉੱਠੀ, ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਨੇ ਇਤਿਹਾਸਕ ਤੱਥਾਂ ਦੇ ਆਧਾਰ ਦੇ ਉੱਤੇ ਤੇ ਪਿੰਡ ਵਾਲਿਆਂ ਕੋਲੋਂ ਵੀ ਮਿਹਨਤ ਕੀਤੀ ਗਈ, ਜਿਹਦੇ ਵਿੱਚ ਕਿ ਜਿਹੜੀ ਇਹਦੀਆਂ ਫਰਦਾਂ ਨੇ ਉਹ ਕਢਵਾਈਆਂ ਗਈਆਂ। ਉਹਦੇ ਤੇ ਵੀ ਆਨੰਦਪੁਰ ਸਾਹਿਬ ਦੇ ਨਾਮ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਦੇ ਉੱਤੇ ਇਹ ਅਸਥਾਨ ਦੀ ਜਗ੍ਹਾ ਮਿਲੀ ਜਦੋਂ ਇਹਦੀ ਖੁਦਾਈ ਕੀਤੀ ਗਈ। ਬਾਅਦ ਵਿੱਚ ਇਸ ਅਸਥਾਨ ਦੀ ਵੀਡੀਓ ਪਾਈ ਗਈ। ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਸਪੈਸ਼ਲ ਆ ਕਰਕੇ ਇਸ ਜਗ੍ਹਾ ਦਾ ਮੁਆਇਨਾ ਕੀਤਾ ਤੇ ਇਸ ਅਸਥਾਨ ਨੂੰ ਦੁਬਾਰਾ, ਪੁਰਾਤਨ ਅਸਥਾਨ ਨੂੰ ਦੁਬਾਰਾ ਇਹ ਨੀਹਾਂ ਰੱਖਦੇ ਹੋਏ ਇਸ ਅਸਥਾਨ ਨੂੰ ਬਣਾਉਣ ਦਾ ਦੁਬਾਰਾ ਤੋਂ ਉਪਰਾਲਾ ਆਰੰਭ ਕਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਨੂੰ ਦਿੱਤੀ ਗਈ ਤੇ ਪਿੰਡ ਵਾਲਿਆਂ ਵੱਲੋਂ ਸਹਿਮਤੀ ਦੇ ਨਾਲ ਹੁਣ ਦੁਬਾਰਾ ਤੋਂ ਇੰਨੇ ਸਾਲ ਤੱਕ ਇਹ ਅਸਥਾਨ ਜਿੱਥੇ ਅੰਮ੍ਰਿਤ ਸੰਚਾਰ ਹੁੰਦੇ ਸੀ, ਜਿੱਥੇ ਗੁਰੂ ਦੇ ਦਰਬਾਰ ਲੱਗਦੇ ਸੀ, ਜਿੱਥੇ ਗੁਰੂ ਸਾਹਿਬ ਜੀ ਆਪ ਬਿਰਾਜਮਾਨ ਹੁੰਦੇ ਸੀ, ਤੇ ਇਹ ਅਸਥਾਨ ਦੇ ਉੱਤੇ ਇਹ ਕਹਿ ਲਈਏ ਕਿ ਗੰਦ ਪਿਆ ਹੋਇਆ ਸੀ, ਲੋਕ ਆ ਕੇ ਪਿਸ਼ਾਬ ਕਰਦੇ ਸੀਗੇ ਤੇ ਜਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਬਾਅਦ ਵਿੱਚ, ਪਰ ਪਿੰਡ ਵਾਲਿਆਂ ਦੇ ਮਨਾਂ 'ਚ ਦਰਦ ਸੀ। ਉਹ ਅਸਥਾਨ ਦੁਬਾਰਾ ਬਣਨਾ ਸ਼ੁਰੂ ਹੋਇਆ ਜਦੋਂ ਇਹਦੀ ਖੁਦਾਈ ਕੀਤੀ ਗਈ, ਨੀਹਾਂ ਪੱਟੀਆਂ ਗਈਆਂ। ਅੱਜ ਵੀ ਤੁਸੀਂ ਦੇਖ ਰਹੇ ਹੋ 6-6 ਤਕਰੀਬਨ 2.5-3 ਫੁੱਟ ਤੱਕ ਅੱਜ ਵੀ ਨੀਹਾਂ ਮੌਜੂਦ ਨੇ। ਹੁਣ ਇਸੇ ਅਸਥਾਨ ਦੇ ਉੱਤੇ ਦੁਬਾਰਾ ਸੰਗਤ ਦੇ ਸਹਿਯੋਗ ਦੇ ਨਾਲ ਇਹ ਦੁਬਾਰਾ ਅਸਥਾਨ ਬਣ ਜਾ ਰਿਹਾ ਹੈ। ਉਹਦੀ ਜ਼ਿੰਮੇਵਾਰੀ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਨੂੰ ਦਿੱਤੀ ਗਈ ਹੈ ਜੀ। ਤੇ ਹੁਣ ਸੰਗਤਾਂ ਦਾ ਫਰਜ਼ ਬਣਦਾ, ਇਸ ਇਲਾਕੇ ਦਾ ਫਰਜ਼ ਬਣਦਾ ਕਿ ਵੱਧ ਤੋਂ ਵੱਧ ਦਸਵੰਧ ਕੱਢ ਕੇ ਇਸ ਕਾਰਜ ਨੂੰ ਨੇਪਰੇ ਚਾੜਿਆ ਜਾਵੇ। ਇਹ ਹੁਣ ਸੰਗਤਾਂ ਦੀ ਡਿਊਟੀ ਬਣਦੀ ਹੈ, ਪਿੰਡਾਂ ਦੀ ਡਿਊਟੀ ਬਣਦੀ ਹੈ। ਤੇ ਉਹੀ ਗੱਲ ਅਸੀਂ ਕਹਿ ਰਹੇ ਹਾਂ ਕਿ ਪ੍ਰਬੰਧਕ ਕਮੇਟੀ ਇੱਥੇ ਦੀ ਜੋ ਪਿੰਡ ਵਾਲੇ ਨੇ ਉਹ ਵੀ ਇਸ ਲਈ ਬੇਨਤੀ ਕਰ ਰਹੇ ਨੇ ਆਪ ਜੀ ਦੇ ਅੱਗੇ ਵੀ ਵੱਧ ਤੋਂ ਵੱਧ ਹੰਬਲਾ ਮਾਰੋ, ਕਮਰ ਕੱਸੇ ਕੱਸ ਕੇ ਵੱਧ ਤੋਂ ਵੱਧ ਸੇਵਾ, ਜਿਨ੍ਹਾਂ ਨੂੰ ਕੋਈ ਇੱਟਾਂ ਦੀ ਸੇਵਾ, ਬਜਰੀ ਦੀ, ਰੇਤੇ ਦੀ, ਜੋ ਵੀ ਕੋਈ ਸੇਵਾ ਲੈਣੀ ਚਾਹੁੰਦਾ ਇਹਨਾਂ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਉਹ ਸੇਵਾ ਪਹੁੰਚਾਓ। ਤੇ ਬੜੀ ਜਲਦੀ ਕਾਰ ਸੇਵਾ ਇੱਥੇ ਆਰੰਭ ਹੋਣ ਜਾ ਰਹੀ ਹੈ ਔਰ 21 ਅਪ੍ਰੈਲ 2024 ਨੂੰ ਨੀਂਹ ਪੱਥਰ ਰੱਖ ਕੇ ਕਾਰ ਸੇਵਾ ਆਰੰਭ ਹੋ ਜਾਣੀ ਹੈ ਜੀ। ਮੈਂ ਮੇਹਰ ਸਿੰਘ ਸਾਨੂੰ ਬਖਸ਼ੀ ਸਿੰਘ ਪਿੰਡ ਤਲਵੰਡੀ ਪੰਘੇਰੀਆਂ ਜੀ। ਜਦੋਂ ਸਾਨੂੰ ਪਤਾ ਲੱਗਾ ਅਸੀਂ ਜਮਾਬੰਦੀ ਕਢਾਈ ਜੀ, ਸਾਨੂੰ ਕਿਸੇ ਨੂੰ ਨਹੀਂ ਦੱਸਦੇ ਲੋਕ ਇਹ ਵੀ ਇੱਥੇ ਪਿੰਡ ਦੇ ਵਿੱਚ ਕੀ ਸੀਗਾ ਕੀ ਨਹੀਂ। ਅਸੀਂ ਗੁਰਦੁਆਰਾ ਸਾਹਿਬ ਦੇਖਿਆ ਸੀ, ਦਰਸ਼ਨ ਕੀਤੇ ਸੀ, ਮਹਾਰਾਜ ਦਾ ਸਰੂਪ ਬਿਰਾਜਮਾਨ ਹੁੰਦਾ ਸੀਗਾ। ਮਗਰੋਂ ਜਦੋਂ ਬਿਰਧ ਹੋ ਗਏ ਜਿਹੜੇ ਇੱਥੇ ਸਾਂਭ ਸੰਭਾਲ ਕਰਦੇ ਸੀ ਉਹ ਪਿੰਡ ਚਲੇ ਗਏ ਜੀ, ਗੁਰੂ ਗ੍ਰੰਥ ਸਾਹਿਬ ਲੈ ਕੇ ਉਹਨਾਂ ਨੇ ਜਾ ਕੇ ਲਵਾਰੀ 'ਚ ਰੱਖਤਾ ਜੀ। ਮਗਰੋਂ ਧਰਮਸ਼ਾਲਾ ਜਿਹੜੀਆਂ ਪਿੰਡ 'ਚ ਸੀ ਸਾਰੇ ਗੁਰਦੁਆਰੇ ਬਣ ਗਏ ਜੀ, ਇਹਨਾਂ ਦਾ ਕਿਸੇ ਨੇ ਖਿਆਲ ਨਹੀਂ ਰੱਖਿਆ। ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਹੁਣ ਆਪਾਂ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਦੀ ਸੇਵਾ ਕਰਨੀ ਹੈ। ਸੋ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਸੇਵਾ ਕਰਕੇ ਸਹਿਯੋਗ ਕਰਨਾ ਹੈ ਤਾਂ ਕਿ ਛੇਤੀ ਤੋਂ ਛੇਤੀ ਆਪਾਂ ਗੁਰਦੁਆਰਾ ਸਾਹਿਬ ਤਿਆਰ ਕਰਕੇ ਗੁਰੂ ਮਹਾਰਾਜ ਬਿਰਾਜਮਾਨ ਕਰ ਸਕੀਏ। ਚੰਗੇ ਭਾਗਾਂ ਦੀ ਨਿਸ਼ਾਨੀ ਹੈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰ ਦੇ ਮਾਰਗ ਬੰਦੀ ਛੋੜ ਦਾ ਤਾਰ ਪਾਤਸ਼ਾਹ ਜੀ, ਜਿਹੜੇ ਇਹ ਸਥਾਨ ਗੁਰਦੁਆਰੇ ਸਾਹਿਬ ਪਹਿਲਾਂ ਕਿਤੇ ਬਿਰਾਜਮਾਨ ਆਪਦੇ ਟਾਈਮ ਤੇ ਆਏ ਸੀ ਮਹਾਰਾਜ ਸੱਚੇ ਪਾਤਸ਼ਾਹ, ਅਣਗੋਲਿਆ ਹੋਇਆ ਸਥਾਨ। ਹੁਣ ਸਾਡੇ ਮੇਹਰ ਸਿੰਘ ਫੌਜੀ ਹੋਰ ਇਹਨਾਂ ਦੀ ਸਾਰੀ ਟੀਮ ਵੱਲੋਂ ਜੋ ਇਹ ਮਹਾਰਾਜ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਆ, ਬਾਬਾ ਜੀ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਜੀ ਇਤਿਹਾਸ ਤੋਂ ਜੋ ਜਾਣੂ ਸਾਨੂੰ ਕਰਾ ਰਹੇ ਆ। ਹੁਣ ਗੁਰਦੁਆਰਾ 21 ਤਰੀਕ ਨੂੰ 21 ਅਪ੍ਰੈਲ ਨੂੰ ਇਹ ਨੀਂਹ ਪੱਥਰ ਰੱਖੇ ਜਾਣੇ ਆ ਸਾਰੇ ਇਲਾਕੇ ਦੀ ਸੰਗਤ ਸਾਂਝਾਂ ਦੀ, ਹੋਰ ਨੇੜੇ ਨੇੜੇ ਪਿੰਡਾਂ ਦੀ, ਹੋਰ ਗੁਰੂ ਨਾਨਕ ਨਾਮ ਲੈ ਲਓ ਸੱਚੇ ਪਾਤਸ਼ਾਹ ਦੇ ਜੋ ਸ਼ਰਧਾਲੂ ਆ ਉਹ ਸਾਰੇ ਇੱਥੇ ਪਹੁੰਚ ਕੇ ਉਸ ਦਿਨ ਆਪਾਂ ਨੀਂਹ ਪੱਥਰ ਦੇ ਵਿੱਚ ਰੌਣਕ ਨੂੰ ਵਧਾਈਏ, ਮਾਝ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਗੁਰਦੁਆਰਾ ਸਾਹਿਬ ਇਹਦਾ ਨੀਂਹ ਪੱਥਰ ਰੱਖਣਾ 21 ਤਰੀਕ ਨੂੰ, ਤੇ ਸਾਰੇ ਹੁਮਾ ਕੇ ਇੱਥੇ ਸੇਵਾ 'ਚ ਦਰਸ਼ਨ ਦਿਓ ਤੇ ਵੱਧ ਤੋਂ ਵੱਧ ਸਹਿਯੋਗ ਕਰੋ। ਇਹ ਬਾਬਾ ਅਮਰੀਕ ਸਿੰਘ ਜੀ ਦੇ ਸਹਿਯੋਗ ਨਾਲ ਇਹਨਾਂ ਨੇ
ਅੱਗੇ ਲੱਗ ਕੇ ਪੁਰਾਣੇ ਸਥਾਨ ਕੱਢੇ ਹਨ। ਤੋ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਕਾਰ ਸੇਵਾ ਸ਼ੁਰੂ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਚੜ੍ਹ ਕੇ ਹਿੱਸਾ ਲੈਣ। ਗੁਰੂ ਪਿਆਰੀ ਸਾਧ ਸਿੰਘ ਜੀ, ਖੋਜ ਵਿਚਾਰ ਟੀਮ ਨੇ ਜੋ ਪ੍ਰਧਾਨ ਮੇਹਰ ਸਿੰਘ ਜੀ ਦੇ ਰਾਹੀਂ ਪਹਿਲਾਂ ਜਗ੍ਹਾ ਦੀ ਖੋਜ ਵਿਚਾਰ ਕੀਤੀ, ਉਸ ਤੋਂ ਬਾਅਦ ਉਹ ਸਾਨੂੰ ਸਾਡੇ ਨਾਲ ਕੰਟੈਕਟ ਕੀਤਾ ਗਿਆ, ਕਿਉਂਕਿ ਅਸੀਂ ਇਤਿਹਾਸਕ ਸਥਾਨਾਂ ਦੇ ਪ੍ਰਾਰਥਨ ਸਮੇਂ ਤੋਂ ਸੇਵਾ ਕਰਾਉਂਦੇ ਆ ਰਹੇ ਹਾਂ, ਜਿਵੇਂ ਕਿ ਬੀਬੀ ਨਾਨਕ ਜੀ ਦਾ ਸਹੁਰਾ ਘਰ, ਅੱਜ ਕੱਲ੍ਹ ਗੁਰੂ ਅਮਰਦਾਸ ਜੀ ਔਰ ਬੀਬੀ ਭਾਨੀ ਜੀ, ਭਾਈ ਗੁਰਦਾਸ ਜੀ, ਗੁਰੂ ਰਾਮਦਾਸ ਜੀ ਸਾਹਿਬ ਜੀ ਦੇ ਨਾਨਕਿਆਂ ਦਾ ਘਰ, ਉਹ ਖੋਜ ਵਿਚਾਰ ਟੀਮ, ਪੁਰਾਤਨ ਵਿਰਸਾ ਸੰਭਾਲ ਟਰੱਸਟ ਔਰ ਸਾਰੇ ਮਿਲ ਕੇ ਅਸੀਂ ਇਹ ਪੁਰਾਤਨ ਚੀਜ਼ਾਂ ਲੱਭ ਕੇ ਉਹਨਾਂ ਨੂੰ ਪ੍ਰਜਰਵ ਕਰਨਾ ਔਰ ਉਹਨਾਂ ਦੀ ਸਾਂਭ ਸੰਭਾਲ ਕਰਨੀ, ਔਰ ਸੰਗਤ ਦੇ ਮੁਤਾਬਕ ਜੇਕਰ ਉਹਨੂੰ ਇਸ ਢੰਗ ਦੀ ਤਬਦੀਲੀ ਹੋਵੇ ਜਿਸ ਦੇ ਵਿੱਚ ਸੰਗਤ ਵੀ ਖੁਸ਼ ਹੋਵੇ ਔਰ ਪੁਰਾਤਨ ਮਰਿਆਦਾ ਵੀ ਕਾਇਮ ਰਹੇ। ਹੁਣ ਅਸੀਂ ਜੋ ਪੁਰਾਤਨ ਜੋ ਨੀਹਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਇੱਥੇ ਪਿਛਲੀ ਸਮੇਂ 'ਚ ਉਹ ਦੌਰਾ ਕਰਕੇ ਗਏ ਨੇ, ਇੱਥੇ ਜਗ੍ਹਾ ਦਾ ਮੁਆਇਨਾ ਕਰਕੇ ਗਏ ਨੇ, ਉਹਨਾਂ ਦੇ ਕਹਿਣ ਮੁਤਾਬਕ ਪੁਰਾਤਨਤਾ ਉਹ ਪੁਰਾਣੀਆਂ ਨੀਹਾਂ ਸਾਂਭ ਕੇ ਰੱਖਣੀਆਂ ਔਰ ਜਿੱਥੇ ਪਹਿਲਾਂ ਪ੍ਰਕਾਸ਼ ਹੁੰਦਾ ਸੀ ਪੁਰਾਤਨ ਸਮੇਂ ਵਿੱਚ ਉਹ ਉਸੇ ਜਗ੍ਹਾ 'ਤੇ ਪ੍ਰਕਾਸ਼ ਕਰਵਾਉਣਾ, ਇਹ ਸਿੱਖ ਸੰਗਤ ਦਾ ਔਰ ਦਾਸਾਂ ਦੀ ਡਿਊਟੀ ਲੱਗੀ ਹੈ। ਅਸੀਂ ਪੁਰਾਤਨ ਚੀਜ਼ ਨੂੰ ਸਾਂਭ ਕੇ ਰੱਖਣਾ ਔਰ ਪੁਰਾਤਨਤਾ ਨੂੰ ਕਾਇਮ ਰੱਖ ਕੇ ਅਸੀਂ ਇਹ ਸੇਵਾ ਸੰਭਾਲ ਔਰ ਇਹਦੀ ਕਾਰ ਸੇਵਾ ਆਰੰਭ ਕਰਨ ਜਾ ਰਹੇ ਹਾਂ। 21 ਅਪ੍ਰੈਲ 2024 ਨੂੰ ਅਸੀਂ ਕਾਰ ਸੇਵਾ ਦੀ ਨੀਂਹ ਪੱਥਰ ਰੱਖਣ ਜਾ ਰਹੇ ਹਾਂ ਜੀ। ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਮਨ ਧਨ ਅਤੇ ਧਨ ਦੇ ਨਾਲ ਸਹਿਯੋਗ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।